दुआ करें जरूर जते खुदा बिस्मिल्लाह रहमान रहीम اللهم كل وليك الحجة ابن الحسن عليه السلام صلوات الله عليه وعلى آله في هذه الساعة وفي كل ساعة من ساعة الليل والنهار وليا وحافظا وقاعدا وناصرا ودليلا وعينا حتى تسكنه أرضك طوعا وتمتعه فيها بسم الله الرحمن الرحيم يا ولينا يا ولي الله أغثني يا قرة عينا أسد الله أغثني قد جئت بابك إلى الله أغثني ارحم لنبي لي يا الله أغثني من كان سواك مالك الجنة والناس لا ولنا غيرك يا حضرت عباس ادركني في سبيل الله اللهم صل على محمد وعلى محمد وعجل فرج ابراهيم وعلى محمد دعاؤں دی قبولیت واسطے مل کے صلوات پڑھو اللهم صل علی محمد وعلى محمد وعجل فرجهم صاحبان عزت و معرفت چونکہ کل 9 بجے تو ذکر پاک شروع ہے اور آج شام تک تقریباً ہے ذکر پڑھنے دور دوروں بلکہ پورے ملک پاکستان جو امام حسین علیہ السلام کے عظیم مددگار مصباح میں سے تشریف لے اے وقت یقیناً بہت قبولیت اور تھوڑے اگوں محنت بھی صرف یہ کرنی ہے جتنی دیر کا ذکر ہونا ہے ان شاء اللہ جا کے اساری رہنا ہے ایک لازم واسطے اپنے آپ کو پیدار کرائے جا تاکہ اس وقت سارے مل کے ایسا عبادت شامل ہو ایک ایسی سلمات پڑھو کہ سارے دی عبادات قبول ہو جائے اللہ صلی اللہ محمد و آل محمد و عجل فرجہم نعرہ تکبیر نعرہ تکبیر نعرہ رسالت نعرہ رسالت نعرہ حیدری جڑے جڑے جاپ دیا تو میں ہاتھ بلند کر کے اچھا نعرہ حیدری آل محمد دشمنت لعنت پاک سیدان خلیل دشمنت لعنت ذکر پاک دی قبولیت خاطر مل کے ماما جی بلند صلوات پڑھو اللہ ماشاءاللہ لا حول ولا قوة الا بالله العلی العظیم بسم اللہ الرحمن رب العالمين
बुलंद सलवा मैं कैदी थी मजलिस पढ़दा जय औखी कैद निभाई चौदह साल दे अरसे विच नहीं रात चौदह साल एक साल नहीं दो साल नहीं मुसलसल चौदह साल दे अरसे विच नहीं रात आराम ते कहने की दर्द हो दुआ लेना
ਬਹੁਤ ਸੋਹਣੀ ਇਬਾਦਤ ਬੈਠੇ ਕਰਦੇ ਹੋ। ਮਾਲਿਕ ਤੁਹਾਡੇ ਇਸ ਮਕਾਮ ਤੇ ਬਹਿ ਵੰਜਣ ਔਰ ਤੁਹਾਡੀ ਅੱਖ ਵਿੱਚੋਂ ਨਿਕਲਣ ਵਾਲਾ ਹਰ ਆਂਸੂ ਆਪਣੀ ਬਾਹਰ ਦਾ ਕਬੂਲ ਫਰਮਾਵੇ। ਜਿਤਨੀ ਹਾਜਾਤ ਲੈ ਕੇ ਆਏ ਹੋ ਮਾਲਿਕ ਤੁਹਾਡੀ ਹਾਜਾਤ ਪੂਰੀਆਂ ਫਰਮਾਵੇ। ਇੱਜ਼ਤ ਵਾਲੇ ਲੋਕੋ, ਬਰੋਜ਼ ਮਾਸ਼ਰ ਅੱਲਾਹ ਦੀ ਕਚਹਿਰੀ ਵਿੱਚ ਦੋ ਕੈਦੀ ਹਾਲਤ ਕੈਦ ਪੇਸ਼ ਹੋ ਸੀ। ਬੱਲਾ ਹੋਵੇ ਜ਼ਿੰਦਗੀ ਅੰਦਰ ਆ ਗੁਨੇ ਕਰੋ ਸਵਾਲ ਹੁਸੈਨ ਦਾ ਜ਼ਾਕਿਰ ਦਸਾਤ ਸਹੀ ਉਹ ਦੋ ਕੈਦੀ ਇਨ ਕਿਹੜੇ। ਮੈਂ ਮਿੰਨਤ ਨਹੀਂ ਕਰਨੀ ਨਾ ਇਹ ਵੇਲਾ ਮਿੰਨਤ ਦਾ ਹੈ ਯਕੀਨਨ ਤੁਸੀਂ ਬਹੁਤ ਵੱਡੀ ਇਬਾਦਤ ਕੀਤੀ ਬੈਠੇ ਹੋ ਬਹੁਤ ਵੱਡੀ ਇਬਾਦਤ ਦੇ ਮੁੰਤਜ਼ਰ ਹੋ। ਇੱਜ਼ਤ ਹੁਸੈਨ ਦੀ ਕਸਮ ਉਹਨਾਂ ਦੋ ਕੈਦੀਆਂ ਦੇ ਵਿੱਚੋਂ ਇੱਕ ਮਰਦੇ ਹਾਏ ਭਲਾ ਹੋਵੇ ਹਾਏ ਕਰਨ ਵਾਲੇ ਸ਼ਾਲਕ ਆਪਣੇ ਉਹਨਾਂ ਦੋ ਕੈਦੀਆਂ ਦੇ ਵਿੱਚੋਂ ਇੱਕ ਮਰਦੇ ਇੱਕ ਮਸਤੂਰ ਹੈ। ਮਰਦਾਂ ਦੇ ਵਿੱਚੋਂ ਹੁਰੀਅਤ ਇਸਲਾਮ ਦਾ ਸੱਤਵਾਂ ਤਾਜਦਾਰ ਰਿਜ਼ਾ ਦਾ ਬਾਬਾ ਭਲਾ ਹੋਵੇ ਜ਼ਿੰਦਗੀ ਅੰਦਰ ਆ ਉਹਨੇ ਕਹਿੰਦੀ ਸਾਰੀ ਜ਼ਿੰਦਗੀ ਹਾਲਤ ਕੈਦ ਚ ਗੁਜ਼ਰੀ। ਇਹ 14 ਸਾਲ ਦਾ ਤਾਂ ਮੁਸਲਸਲ ਅਰਸਾ ਹੈ। ਮੇਰਾ ਪੜ੍ਹਨਾ ਸੌਖਾ ਹੈ, ਤੁਹਾਡਾ ਸੁਣਨਾ ਸੌਖਾ ਹੈ। ਪਤਾ ਉਸ ਇਮਾਮ ਨੂੰ ਹੈ ਜੇ 14 ਸਾਲ ਹਾਲਤ ਰਕੂ ਵਿੱਚ ਗੁਜ਼ਾਰੇ। ਉਹ ਮੈਂ ਸੰਕੇ ਵੰਜਾਂ ਤੇ ਮਸਤੂਰਾਂ ਦੇ ਵਿੱਚੋਂ ਕੋਈ ਹੋਰ ਨਹੀਂ ਹੁਸੈਨ ਦੇ ਸੀਨੇ ਤੇ ਸੰਭੜ ਵਾਲੀ 4 ਸਾਲਾਂ ਦੀ ਬਦੂ। ਇੱਜ਼ਤ ਵਾਲੇ ਲੋਕੋ, ਅੱਲਾਹ ਦੀ ਇਸ ਬੈਨਾਤ ਇਸ ਨੀਲੇ ਆਸਮਾਨ ਥੱਲੇ ਤੇਰੇ ਆਸੋ ਦੀ ਕਸਮ ਇੱਕੋ ਹੀ ਮੰਜ਼ਰ ਬਣੇ। ਅਗਰ ਹਾਇ ਕਰੋ ਤਾਂ ਮਾਲਕ ਤੁਹਾਡੀ ਹਾਇ ਕਬੂਲ ਫਰਮਾਵੇ। ਇੱਕੋ ਹੀ ਮੰਜ਼ਰ ਹੈ, ਕਿਹੜਾ ਮਈਅਤ ਦੀ ਕਹਿ ਦਿੰਦੇ ਚਾਵਣ ਵਾਲਾ ਵੀ ਕਹਿ ਦੀਏ ਹੌਲੇ ਹੌਲੇ ਰੋ ਕੇ ਆ ਦੇ ਦਾਦੀ ਫਿਜ਼ਾ ਮੇਰੀ ਭੈਣ ਦਾ ਮਈਅਤ ਮੇਰੇ ਹੱਥਾਂ ਤੇ ਰੱਖ। ਉਹ ਮੈਂ ਸਦਕੇ ਵੰਜਾਂ, ਉਹ ਮੈਂ ਕੁਰਬਾਨ ਵੰਜਾਂ, ਮਾਂ ਹੁਸੈਨ ਦੀ ਰਾਜ਼ੀ ਹੁੰਨੇ ਬਈ ਜਿਤਨੇ ਆਸੂ ਆ ਗਏ ਮਾਲਕ ਕਬੂਲ ਫਰਮਾਵੇ। ਇੱਕੋ ਹੀ ਮੰਜ਼ਰ ਮਈਅਤ ਹੀ ਕਹਿ ਦੇਣ ਦਾ ਚਾਵਣ ਵਾਲਾ ਵੀ ਕਹਿ ਦੀ ਸ਼ਾਲਾ ਇਹ ਮੰਜ਼ਰ ਕਈ ਵੀਰਾਂ ਨੂੰ ਨਜ਼ਰ ਨਾ ਆਵੇ। ਬਸਾ ਦਾ ਤੂੰ ਮੋਮਿਨੀਨ ਭੇਣ ਦਾ ਮਈਅਤ ਹੱਥ ਤੇ ਆਇਆ ਭੇਣ ਦੇ ਬੱਦੇ ਹੱਥ ਤੇ ਪਈਸ ਨਿਗਾਹ ਤੁਹਾਡੇ ਇਮਾਮ ਦੇ ਹੱਥ ਹੈ ਮਸਰੂਫ ਮੂੰਹ ਦੇ ਨਾਲ ਰੱਸੀਆਂ ਖੋਲਣ ਦਾ ਇਰਾਦਾ ਫਰਮਾਇਆ ਤੜਪ ਗਈ ਮਾਸੂਮਾਂ ਦੀ ਲਾਸ਼ ਜ਼ਿੰਦਗੀਆਂ ਦੇ ਰਾਜ਼ ਹੁਣੇ ਬਈ ਮਾਂ ਹੁਸੈਨ ਦੀ ਰਾਜ਼ੀ ਹੁਣੇ ਬਸ ਇਕਤਸਾਰ ਦੇ ਨਾਲ ਇੱਕ ਸੱਤਰ ਹੁਰੀਅਤ ਇਸਲਾਮ ਦੇ ਸੱਤਵੇਂ ਤਾਜ ਦੂਸਰਾ ਕੈਦੀ ਹੁਰੀਅਤ ਇਸਲਾਮ ਦਾ ਸੱਤਵਾਂ ਤਾਜਦਾਰ। ਬਸ 14ਵਾਂ ਤੇ ਆਖਰੀ ਸਾਲ ਬਗਦਾਦ ਦਾ ਤੰਗ ਜ਼ਿੰਦਾਨ ਔਖੀਆਂ ਕੈਦਾਂ ਖੜਾ ਨਹੀਂ ਕਹਿੰਦਾ ਰਿਜ਼ਾ ਦਾ ਬਾਬਾ ਦਰੋਗਾ ਜ਼ਿੰਦਾਨ ਅਦੇ ਮੈਂ ਨਿੱਠੇ ਮਾਮੂਲ ਤੋਂ ਹਟ ਕੇ ਕੈਦੀ ਬਾਰ ਬਾਰ ਗਲੀ ਵਾਲੇ ਪਾਸੇ ਵੇਦਾ ਇੱਕ ਲਾਜ਼ੇ ਦੇ ਬਾਅਦ ਗਲੀ ਜਿਸ ਵਿੱਚੋਂ ਇੱਕ ਸ਼ਖਸ ਗੁਜ਼ਰੇ ਉਸ ਨੂੰ ਕੈਦੀ ਸੱਡੇ ਅਯੂਬ ਅਸਕਲਾਨੀ ਅਯੂਬ ਦੇ ਕੰਨ ਤੇ ਪੀਏ ਅਲਾ ਇੱਕ ਵਾਰ ਵਿੱਟਸ ਸਜੇ ਵੱਧ ਵਿੱਟਸ ਖੱਬੇ ਪਰ ਆਪਣੇ ਆਪ ਨਾਲ ਅਲਾ ਕਿਆ ਦੇ ਬਜ਼ਾਹਿਰ ਮੈਨੂੰ ਨਜ਼ਰ ਦਾ ਤਾਂ ਕੋਈ ਨਹੀਂ ਮੈਨੂੰ ਸੱਡਾ ਕਿਸੇ ਭਲਾ ਹੋਵੇ ਮਾਂ ਹੁਸੈਨ ਦੀ ਰਾਜ਼ੀ ਹੁਣੇ ਸੱਡਾ ਕਿਸੇ। ਇੱਜ਼ਤ ਵਾਲੇ ਲੋਕੋ ਹਜੇ ਇਸ ਹੈਰਾਨੀ ਦੇ ਆਲਮ ਵਿੱਚ ਆਈ ਦਰੋਗਾ ਜ਼ਿੰਦਾਨ ਅਕਲ ਮਾਰ ਕੇ ਦੇ ਬੰਦੇ ਖੁਦਾ ਘਬਰਾ ਨਹੀਂ ਤੈਨੂੰ ਹੋਰ ਕਹਿ ਨਹੀਂ ਸੱਡਾ ਤੈਨੂੰ ਉਹ ਸੱਡਾ ਜੇ 14 ਸਾਲਾਂ ਚ ਕਹਿ ਲੋ ਨਹੀਂ ਸੱਡਾ ਤੈਨੂੰ ਸੱਡਣ ਵਾਲਾ ਇਸੇ ਜ਼ਿੰਦਾਨ ਦਾ ਕਹਿ ਦੀਏ। ਬਸ ਉਨਾ ਕਦਮਾਂ ਤੇ ਵਾਪਸ ਵੱਲਾ ਸਲਾਹਾਂ ਤੇ ਰੱਖਸ ਮੱਥਾ ਅਦੇ ਕਹਿ ਦੀ ਮੇਰਾ ਸਲਾਮ ਅੰਦਰੋਂ ਹੌਲੇ ਹੌਲੇ ਆਵਾਜ਼ ਆਈ ਅਯੂਬ ਮੇਰਾ ਵੀ ਸਲਾਮ ਕਹਿੰਦੀ ਕਿਉਂ ਸੱਡਾਈ ਅਯੂਬ ਤੇਰੇ ਕੋਲ ਚੰਦ ਗੱਲਾਂ ਪੁੱਛਣੀਆਂ ਨੇ। ਇੱਜ਼ਤ ਵਾਲੇ ਲੋਕੋ ਇਸੇ ਦੌਰਾਨ ਅਯੂਬ ਆਪਣਾ ਸੱਜਾ ਹੱਥ ਜੇਬ ਵਿੱਚ ਪਏ ਚੰਦ ਵੀ ਰਾਮ ਕਰਦੇ ਸੀ ਸਲਾਹਾਂ ਨੇ ਅੰਦਰੋਂ ਵਧਾ ਕੇ ਆ ਕਹਿੰਦੀ ਕਬੂਲ ਕਰ ਅੰਦਰੋਂ ਹੌਲੇ ਹੌਲੇ ਆਵਾਜ਼ ਆਈ ਅਯੂਬ ਮੈਂ ਮੰਗਣ ਵਾਲਾ ਤਾਂ ਨਹੀਂ ਮੈਂ ਤਾਂ ਖੁਦ ਕਹਿਣਾ ਕਿ ਤੇਰੇ ਸੇ ਤਕਸੀਮ ਕਰਨ ਵਾਲਾ ਜੋ ਹਾਂ ਤੇ ਵਕਤ ਕੈਦੀ ਸੱਡਾ ਕਿਉਂ ਹੈ ਅਯੂਬ ਤੇਰੇ ਕੋਲ ਮਦੀਨੇ ਦੇ ਮੁਤਲਕ ਚੰਦ ਗੱਲਾਂ ਪੁੱਛਣੀਆਂ ਨੇ। ਹਾਂ ਕੈਦੀ ਕੁਛ ਲਫ਼ਜ਼ ਮਦੀਨਾ ਹੈ ਅਯੂਬ ਚੌਂਕ ਗਿਆ ਅਦੇ ਕੈਦੀ ਤੂੰ ਮਦੀਨਾ ਜਾਣ ਰਹੇ
इमाम फरमाते हैं जिवें मैं जानदा इन कोई नहीं जानदा। कैदी पुछ इमाम रो के फरमाते हैं मदीने कदर गया हमें ठट्टा सा भर के दे कैदी ये गल्ला दसण दिया नहीं पर जेड़ा तेरे पुछण दा अंदाज है ना मेरा दिल लगा मैं दिल दसा हाल तेनु सुनवावा। कैदी मदीना मेरा मुर्शिद खान है तेरे मुर्शिद दा नाम अदे बिस्मिल्लाहिर्रहमानिर्रहीम मेरे मुर्शिद दा नाम हजरत इमाम मूसा काज़िम अलैहिस्सलाम। इज्जत आले लोगो इमाम रो के फरमाते हैं कदर मिला हमें कैदी क्या दसावा मैं सारी जिंदगी अपने इमाम की खिदमत गुजारी कुछ अरसे दे बाद मेरे अल्लाह ने मेरे इमाम एक फरजंद अता किया जिदा नाम मेरे इमाम ने रखा अली रिजा। इस रिजा बचड़े दी आमद मेरे इमाम ने ढेर सारे गुलामों को किया यादाद उन्ना गुलामों की हिक में भी गुलाम है मैं जिदा टुरन लगा है ना मैं हाथ दे बदे मैं के मौला सारी जिंदगी रिया तुहाडे कदम है मौला इतने अता करो जो कहे दुनियादार बंदे दिए को हाथ वहावन दी लोड़ ना पवे। करीम दा पुत्र आई अपनी जेब चो चंद दिरहम कढ़िया ने मेरी तली ते रख के मैनू फरमाया ने वन जो इन्हां दे नाल कर तिजारत अरब दा बहुत बड़ा ताजर बन से लेकिन दो गल्लां ना भुले मौला केड़िया। इमाम रो के फरमाया पहली गल सादा दा हिस्सा खुम्स एक बकैदगी दे नाल अदा करे ते दूसरी गल मेरे इमाम यक की वस पईयां हैं मैनू रो के फरमाया ने अय्यूब कदा परदेश च कह कैदी नाल होवी ना मुलाकात उन्हें मदद जरूर करें कैदी अज तेनू मिलना मैंने इमाम दा फरमान याद आ गई है। कैदी मैं तेरी उस वास्ते मदद करन दा इरादा कीते कैदी हर साल मैं खुम्स अदा करन दी खातिर मदीने वेंदा है ਇਹ ਪੰਜਵਾਂ ਤੇ ਆਖਰੀ ਸਾਲ ਹੈ ਜਿਹੜੇ ਮੇਰੇ ਨਾਲ ਨਾਲ ਸਫ਼ਰ ਤੇ ਕਰਦੇ ਮੈਂ ਕੋਈ ਲਮਹਾ ਜ਼ਾਇਆ ਨਹੀਂ ਕਰਨਾ ਚਾਹੁੰਦਾ ਇਹ ਪੰਜਵਾਂ ਤੇ ਆਖਰੀ ਸਾਲ ਹੈ ਮੈਂ ਗਿਆ ਮਦੀਨੇ ਖੁਮਸ ਅਦਾ ਕਰਨ ਦੀ ਨੀਅਤ ਤੋਂ ਕਹਿੰਦੀ ਕਿਆ ਦਸਾਵਾਂ ਜਿਸ ਦਿਹਾੜੇ ਮੈਂ ਪਹੁੰਚਾ ਨਾ ਮਦੀਨੇ ਉਹ ਦਿਹਾੜਾ ਹਾ ਈਦ ਦਾ ਕਹਿੰਦੀ ਮਦੀਨੇ ਦੇ ਹਰ ਘਰ ਦੇ ਵਿੱਚ ਖੁਸ਼ੀਆਂ ਆਏ ਕਹਿੰਦੀ ਇੱਕੋ ਘਰ ਆਈ ਮੇਰੇ ਸੱਤਵੇਂ ਇਮਾਮ ਦਾ ਜਿੱਥੋਂ ਵੈਣ ਬੁਲੰਦਾ ਹੈ जुमला सुना ना वसीदा गया रोज़े रसूल दे मैं कब्रे रसूल के हाथ रख के वादा कीता हुन मदीने उदन आसां जदा मेरा इमाम मैनू लभ गया। कैदी कैदी दी दुआएं बड़ी कबूल होंदियां ने मंग ना दुआ शाला मेरा इमाम मैनू लभ पवे अंदर हौले हौले आवाज आई है अय्यूब अगर इमाम मिल वंजे सुजान गिर से तुहाडी आयत सर के वंजे सुजान गिर से सलाखत मत्था मार के दे जंदी कदम च सारी जिंदगी गुजारी किवें ना सुनिए इज्जत आले लोगो तुहाडे इमाम दे हाथ दा है मसरूफ एक झटके दे नाल पेशानी दुआ लटाई हौले हौले रो के फरमाते ने अय्यूब सुजान इज्जत आले लोगो एक नूर इमाम दी शुआ जो निकली है ना अय्यूब दा मत्था सलाखत आला दे अकर मार के दे है कैदी उदन सैसे जदा नौकर मर वैसिया अंदर हौले ले वाले ये सुन्यार मैं तेरा सत्रवा इमाम भला वे जिंदगी अंदर आज हुने बस छोड़ दिते सारे लफ्ज मौला तोड़ी दुआ द सदका सब कुछ महफूज है मौला में सारी दौलत सरकारी खजाने जमा करे ना मौला में तोड़िया कैदा रिहा करे ना। इमाम फरमाए हैं अय्यूब आज चंद केड़ी तारीख है अय्यूब दे 18 जमादी उसानी अय्यूब अगला महीना मौला रजब दा इमाम रो के फरमाते हैं 24 और 25 रजब के दरमियानी शाम मेरिया कैदा छोटा वैसे मौला अमामे गिनना वा मौला सवारियां गिनना वा मौला दस्तारा गिनना वा इज्जत आले लोगो तुहाडे इमाम दी ढा निकली हौले हौले रो के दिन अगर फर सके तो एक कफन गिनना वे ओ मैं सदके वन्या ओ मैं कुर्बान वन्या मां हुसैन दी रादियो मौला ते हुण क्या करा इमाम फरमाए वतन ते वल वन बहु वड्डे पैगाम इन दरसे आले मुहम्मद दे
بھاوے او فضائلت ہوئن یا مسائب تاج اسا وصول کرن والے ہمائے ہاں جتنے مکانی بیٹھے مولا ہون کیا کر رہا ون وطن تے والوان امام دی آواز آئیے ایوب رو کے فرمیندے مولا اس انداز تو چھوڑ کے کنے ہو جا امام فرمیندے میں ڈے دھاتی آ جدا گھر تو ٹرا ہاں نا تیری آئی ایک چار سالاں دی دی تیرا دامن ناپ کے آ گیا بابا تسا گھر تو باہر رہندے ہو میں تواڈے بغیر لیند نہیں آندی عزت والے لوگو ایوب دی دہاڑ نکلی حکر مار کے مولا مردیے تا مر ونجے تواڈیاں 18 نہیں رہندیاں امام رو کے فرمانے تیری نو کرو انشاءاللہ ساکیاں دے اپنے نصیب بھلا ہوے زندگی اندر راز ہونے بس بھائی چڑھ پیا رجب دا چن مل گئی زہر انج کیوں نا کا مل گیا اجر رسالت صاحبان عزت معرفت پہلی خون دی الٹی تواڈے امام نو زندان بغداد چئی عقل مار کے دن دروگا میرے زنجیر لا امام فرمایا زنجیر لہا دروگا دے میں مجبورا کدے وننا چاہنا ہے امام فرمیندے وطن تے لفظ وطن اے دروگا حیران ہو کے دے کہ دی تیرا بھی کوئی وطن ہے امام فرمیندے میرا او گھر ہے جتھا قرآن دا نزول ہے کہ دی کیا کرنا چاہنا ہے امام فرمیندے میرے ذمے ہے رموز امامت توحید دی امانت جیڑی کرنی میں اپنے بچے دی راہ دے حوالے پتر دا نام ہے دروگا حیران ہو کے دے کہ دی تیرا کوئی پتر بھی ہے امام فرمائے دن میرے وطن پہ 19 پتر ہیں کہ دی تنے ملن تا کوئی نہیں آیا امام فرمائے دن وطن تو تا یاران تو رہن نہ میں نو ملیں نہ واپس وطن تے والے عزت آلے لوگو بس دروگ نے زنجیر نہیں لائے توڑے امام نے تکبیر بلند کی تھی زنجیر ٹوٹ کے ایک پاسے ون پہ اعجاز امامت دے نال توڑے ستویں امام پہلا قدم اپنی حویلی تے رکھے تلیاں ٹیک کے اٹھی ہے رضا دی امڑی حکر مار کے دیے بندہ خدا شاید تنو پتہ نہیں اے او گھر جن سردار 14 سالاں دا بغداد دے دیے می بیا دے نائے او جڑی ماں جن وطن تو یارا پتر پر نبا دے نو ملے نوا پس وطن تے وجے توڑا امام رنے ضرور ان پر خاموش رہے گی روک فرمینن بندہ خدا شاید تنو پتہ نہیں او گھر جس تے یاری آلی رات کوئی ایڈی لوٹی پئی آئی آواز آنا اس گھر مسلے اور قرآن کے سوائے بلا ہوئے زندگی اندر آدم تھوڑا جا مزاج بنا ایک روحانی جملہ تیرے حوالے کر رہا اس گھر مسلے اور قرآن کے سوا اور کوئی شے موجود کوئی نہیں او جوان میرے امام رنے ضرور ان پر خاموش رہے تیجے واری میری سین توکل دی کمر بتی ہن مو حسین والے پاس نہیں ہن مو کربلا والے پاس کی جگہ اکل مار کے آگے بندے خدا تو کیا سمجھ ہے میں کوئی بے وارث بی بی آدی عرب جائے یا میں سٹا غازی دو او جوانا غازی دن آمائے مسکتا زم لیدا نکلی اکر مار کے آدن رضا دی امڑی اجا نبو اور میں مغدا تا قیدی آئے بلا ہوئے بلا ہوئے بلا ہوئے میں رضا دا بابا بلا ہوئے ماں حسین دی ماتم قبول کرے ماں حسین
इरादी होवे सरदार मेरी मजबूरी हार इरादी अपनी हाकिनी में बढ़दा इमाम फरमांदा जल्दी कर मेरे रिजा पते नु बुला रिजा दा नाम है कदमा के अतला के अभी सरदार 14 साल ने अरसे विधियां भूल गईया ने हौले हौले को मैंने मिले न डे शरीफ नु दिया ने भूल दिया सरदार 14 साल ने बाद पूछा ने ता पुत्रा दा दिया दा क्यों ने वे पूछा इमाम फरमांदा रिजा दी अपनी कड़ी हालत वे बदन दब तो जिंदा ने खा गई है भला होए सार मिली होई ओ सच्चा मेरी भी कोई मरण तो पहले मर वजे मेरी सैयद पर मैं मन सरदार आ एक बारी देख सैयद जिन्ना दा बाबा 14 साल दा कैदी होए ओ थी सबनिया की वेड़ा सरदार दा हाथ आपे ओ सहुजरे दिखे नाइए के सहुजरे इमाम को सरकार जमिया कारा दिया मिट्टी दे सदिया आया ओ जवाना मुसा कादम इमाम दिया दिवेन में ना शुरू की तै किवे कामिया लेकी हुसैन अकबर दी लाश आए एक दिन नजार ते बोल बदल दे है आदा वदा मान मेरी हवाल है आए मां हुसैन दी रानी हो तेरे मुकानी बैठे हो कदा उस हीद सर ते आए कदी पपनी पहाड़ियां ते रोल के मर गई ओ दवाना ने वल्ला ना इरादा फरमाए अटाना कटाना तो छिकी आईए कौन वाली चौगा दिया रो रो सलामत रही सदा सुखी रही मौला पे तहाए असीरी गुजर गई जिंदान में जवानी और पीरी गुजर गई सरकारी मामे मुशे काजिम जैन सलाम के दुखों का सदका बीमारी करबला का सदका जहां जहां